बंदा हो के बंदगी ना कीती, बंदा हो के बंदगी ना कीती, ता फिर बंदा इकवाउंदा की फायदा। उच्चे के किसे दे महल सोने, ते गुल्ली अपनी ढौंदा की फायदा। साधू हो के मन नू जे सद्या ना, साधू हो के मन नू जे सद्या ना, ता फिर साधू अखवाउंदा की फायदा। आगे संगत विच शांति ना माणी, ता फिर संगत विच आउंदा की फायदा। फिरत फिरत प्रभ आया परिया तो सरनाए, नानक की प्रभ बेनती अपनी भगती लाए। खंडा ब्रह्मंडा तो उच्चा नाम तेरा निरंकार, सब वलियां पीरां दा तेरे दर ते चौकीदार। पातशाह लग जावी तेरे दर ते खड़े सवाली, कर मेर न माणिया ते ऐ संसार बाग दे माली। ओ खंडा ब्रह्मंडा ते खंडा ब्रह्मंडा तो उच्चा नाम तेरा निरंकार, सब वलियां पीरां दा तेरे दर ते चौकीदार। पातशाह लग जावी तेरे दर ते खड़े सवाली, कर मेर न माणिया ते ऐ संसार बाग दे माली। ओ तै भवन लोक चौदा, तै भवन लोक चौदा तेरे नाल इशारे चलन, पै पवन देवता जी पक्खा दर तेरे ते चलन। कोई आउंदा अंत नहीं किवें सिटी तुसार चाली, कर मेर न माणिया ते ऐ संसार बाग दे माली। ओ घर बुत मनुखता दा, घर बुत मनुखता दा मत्थे विच रखी तकदीर, हृदय विच राम वसा सोनी रच दित्ती तस्वीर। कर हर कोई तंग रहे रजना जो तू राम मरारी, कर मेर न माणिया ते ऐ संसार बाग दे माली। ओ पुत भगत बनावे तू ते जेड़े लौन भजन दे जोते, पुत भगत बनावे तू जेड़े लौन भजन दे जोते, कई कथा करन वाले दिते कई बना सुते। ओ कई रोन मकदर नू, कई रोन मकदर नू मत्थे कईयां दे खुशहाली, कर मेर न माणिया ते ऐ संसार बाग दे माली। ओ कोई रोंदा कोई हसदा, कोई रोंदा कोई हसदा रचदा किते व्याह मुकलावे, कोई सकदा रोक नहीं करदा जो तेरे मन भावे। हथ बन अर्ज करा सुरती गोचर ना नल लारी, कर मेर न माणिया ते ऐ संसार बाग दे माली। ओ कई जूना रचियां ने, कई जूना रचियां ने रखिया नाम चौरासी गेड़ा, किते गमियां रचियां ने जापे किते खुशी दा खेड़ा। विष्णु शिव इंद ब्रह्मा सुरती गोचर ना नल लारी, कर मेर न माणिया ते ऐ संसार बाग दे माली। ओ फुलवाड़ी रंग रंग दी, फुलवाड़ी रंग रंग दी बूटे कई वड्डे कई छोटे, कई थाप पादशाह दे लिखदे लेख कईयां दे खोटे। दसो जुगती बगता नू हो जे नाम दी दूर कंगाली, कर मेर न माणिया ते ऐ संसार बाग दे माली। ओ
ਆਕਾਸ਼ ਬਣਾ ਤੇ ਰੱਖਦਾ ਕਈ ਸੂਰਜ ਚੰਦ ਸੋਹਣੇ ਕਈ ਧਰਤੀ ਆਕਾਸ਼ ਬਣਾ ਰੱਖਦਾ ਕਈ ਸੂਰਜ ਚੰਦ ਸੋਹਣੇ ਸੱਚ ਮਸਤ ਜਗੀਰ ਕਹੇ ਤਾਰੇ ਜੜੇ ਗਗਨ ਮਨ ਮੋਹਣੇ ਤੇਰੀ ਹੀ ਜੋਤ ਦਿਸੇ ਰਹਿੰਦੀ ਹੱਥਾਂ ਨੂੰ ਦੇ ਗਲਾਲੀ ਕਰ ਮੇਰੇ ਨਵਾਣਿਆਂ ਤੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਤੇ ਪਵਿੱਤਰ ਗੋਦ ਵਿੱਚ ਸ਼ਿਸ਼ੋਭਤ ਗੁਰੂ ਖਾਲਸਾ ਸਾਧ ਸੰਗਤ ਜੀ ਸਮਾਂ ਆਪਣੇ ਸਰਵਣ ਕਰ ਲਿਆ ਹੈ ਤੇ ਨਮਸਕਾਰ ਕਰਨਾ ਇਸ ਸੰਤ ਦੇ ਦਰਸ਼ਨ ਕਰਨ ਤੇ ਮੇਰੇ ਸਤਿਕਾਰਯੋਗ ਵੱਡੇ ਵੀਰ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਮੱਖਣ ਸਿੰਘ ਜੀ ਉਹਨਾਂ ਨੇ ਪਿੱਛੇ ਬੈਠੇ ਹੁਕਮ ਕਰ ਦਿੱਤਾ ਕਿ ਜ਼ਰੂਰ ਹਾਜ਼ਰੀ ਲਵਾਉਣੀ ਹੈ ਮੇਰੀ ਪਤਿਆਰੀ ਨਹੀਂ ਸੀ ਕਿਉਂਕਿ ਭਾਈ ਸਾਹਿਬ ਅੱਗੇ ਆਪ ਸੰਗਤ ਦੇ ਦਰਸ਼ਨ ਕਰਦੇ ਆ ਮੈਂ ਪਹਿਲੀ ਦਫ਼ਾ ਇਸ ਸਟੇਜ 'ਤੇ ਸਤਿਗੁਰਾਂ ਦੇ ਚਰਨਾਂ ਵਿੱਚ ਹਾਜ਼ਰੀ ਭਰ ਰਿਹਾ ਸਭ ਤੋਂ ਪਹਿਲਾਂ ਗੁਰੂ ਕਲਗੀ ਧਰ ਪਾਤਸ਼ਾਹ ਦਾ ਬਖਸ਼ਿਸ਼ ਕੀਤਾ ਹੋਇਆ ਡਰ ਜੋ ਭੰਗਾਣੀ ਦੀ ਜੰਗ ਵਿੱਚ ਕਲਗੀ ਧਰ ਪਾਤਸ਼ਾਹ ਨੇ ਇੱਕ ਲੋਗੋ ਕੌਮ ਨੂੰ ਦਿੱਤਾ ਹੈ ਜਿਸ ਵੇਲੇ ਗੁਰੂ ਸਾਹਿਬ ਨੇ ਭੰਗਾਣੀ ਦੀ ਜੰਗ ਜਿੱਤੀ ਅਤੇ ਖਾਲਸੇ ਨੇ ਆਣ ਕੇ ਗੁਰੂ ਕਲਗੀ ਧਰ ਪਾਤਸ਼ਾਹ ਨੂੰ ਵਧਾਈ ਦਿੱਤੀ ਗੁਰੂ ਕਲਗੀ ਧਰ ਪਾਤਸ਼ਾਹ ਨੇ ਆਖਿਆ ਭਾਈ ਵਧਾਈ ਸਾਨੂੰ ਨਾ ਦਿਓ ਉਹਨਾਂ ਕਿਹਾ ਸਤਿਗੁਰੂ ਪਾਤਸ਼ਾਹ ਤੁਹਾਡੇ ਖਾਲਸੇ ਨੇ ਜੰਗ ਜਿੱਤੀ ਹੈ ਉਸ ਵੇਲੇ ਗੁਰੂ ਕਲਗੀ ਧਰ ਪਾਤਸ਼ਾਹ ਨੇ ਕਿਹਾ ਖਾਲਸਾ ਮੇਰਾ ਨਹੀਂ ਹੈ ਖਾਲਸਾ ਉਸ ਅਕਾਲ ਪੁਰਖ ਦਾ ਉੱਥੋਂ ਇਹ ਲੋਕੋ ਜੋ ਆਪਾਂ ਸਾਰੇ ਸਿੱਖ ਸਾਂਝਾ ਕਰਦੇ ਹਾਂ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਸੀ ਫਤਿਹ ਸਾਰੀਆਂ ਸੰਗਤਾਂ ਦਰਸਾਂ ਦੀ ਹਾਜ਼ਰੀ ਲਵਾਉਣ ਵਾਸਤੇ ਅਤੇ ਆਪ ਸਭ ਸੰਗਤਾਂ ਗੁਰੂ ਸਾਹਿਬ ਦੇ ਚਰਨਾਂ ਵਿੱਚ ਹਾਜ਼ਰੀ ਲਵਾਉਣ ਵਾਸਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦੀ ਹਾਂ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦਾ ਜਿਨ੍ਹਾਂ ਨੇ ਮਹਾਨ ਕਿਰਪਾਲਤਾ ਕਰਕੇ ਸੰਗਤਾਂ ਦੇ ਦਰਸ਼ਨ ਕਰਨ ਦਾ ਸੁਭਾਗ ਸਮਾਂ ਬਖਸ਼ਿਸ਼ ਕੀਤਾ ਹੈ ਸਕੱਤਰ ਸਾਹਿਬ ਦਾ ਕੋਟਨ ਕੋਟ ਧੰਨਵਾਦ ਹੈ ਜਿਨ੍ਹਾਂ ਨੇ ਸਮਾਂ ਬਖਸ਼ਿਸ਼ ਕੀਤਾ ਕਿਉਂਕਿ ਤਕਰੀਬਨ ਮੈਨੂੰ 6 ਸਾਲ ਇੱਥੇ ਆਏ ਨੂੰ ਹੋ ਗਏ ਅਤੇ ਦਾਸ ਇੰਡੀਆ ਦੇ ਵਿੱਚ ਤਵੀਸ਼ਰੀ ਰਾਹੀਂ ਸੰਗਤਾਂ ਦੀ ਸੇਵਾ ਕੀਤੀ ਹੈ ਆਪ ਸੰਗਤਾਂ ਲਈ ਗੁਰੂ ਸਾਹਿਬ ਦੀ ਬੜੀ ਬਖਸ਼ਿਸ਼ ਹੈ ਮੈਂ ਲਿਖਿਆ ਬੜਾ ਕੁਝ ਆਪਣਾ ਅੱਜ ਦੇ ਸਮੇਂ ਉੱਤੇ ਵੀ ਬਹੁਤ ਕੁਝ ਲਿਖਿਆ ਹੈ ਬੋਲਦੇ ਵੀ ਰਹੀਦੇ ਮੈਨੂੰ ਤਕਰੀਬਨ 1.5 ਮਹੀਨਾ ਹੋ ਗਿਆ ਇੱਥੋਂ ਐਵਰੀ ਸੰਡੇ ਟਰਲਕ ਜਾਂਦੇ ਹਾਂ ਉੱਥੇ ਸਿੰਘ ਇੱਕ ਦੋ ਨਾਲ ਹੈਗੇ ਸੰਗਤ ਬੜਾ ਪਿਆਰ ਕਰਦੀ ਸੋ ਭਾਈ ਸਾਹਿਬ ਦੀ ਬੇਨਤੀ ਉੱਤੇ ਅਸੀਂ ਆਪ ਸੰਗਤਾਂ ਦੇ ਦਰਸ਼ਨ ਕਰ ਰਹੇ ਹਾਂ ਸਭ ਤੋਂ ਪਹਿਲੀ ਗੱਲ ਹੈ ਜੋ ਸਕੱਤਰ ਸਾਹਿਬ ਨੇ ਆਪ ਸੰਗਤਾਂ ਨੂੰ ਕਿਹਾ ਹੈ ਕਿ ਸਿੱਖ ਰਹਿਤ ਮਰਿਆਦਾ ਜਿੱਥੇ ਸਾਡੀ ਕੌਮ ਦੇ ਵਿੱਚ ਬਹੁਤ ਵੱਡਾ ਬਖੇੜਾ ਪਿਆ ਹੋਇਆ ਕਿਉਂਕਿ ਜਿੰਨੀਆਂ ਸੰਪਰਦਾਵਾਂ ਜਿੰਨੀਆਂ ਜਥੇਬੰਦੀਆਂ ਜਿੰਨਾ ਡੇਰਾਵਾਦ ਪੰਜਾਬ ਵਿੱਚ ਹੋਇਆ ਸਾਰਿਆਂ ਨੇ ਆਪੋ ਆਪਣੀ ਰਹਿਤ ਮਰਿਆਦਾ ਬਣਾਈ ਆਪ ਸੰਗਤਾਂ ਨੂੰ ਪਤਾ ਹੋਣਾ ਚਾਹੀਦਾ ਕਿ ਜੋ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਰਹਿਤ ਮਰਿਆਦਾ ਹੈ ਸਿੱਖ ਕੌਮ ਦੇ ਮਹਾਨ ਵਿਦਵਾਨਾਂ ਨੇ ਇਹਨੂੰ ਬਹੁਤ ਲੰਮਾ ਸਮਾਂ ਲਾ ਕੇ ਘਾਲਣਾ ਘਾਲ ਕੇ ਇਹਨੂੰ ਹੋਂਦ ਵਿੱਚ ਲਿਆਂਦਾ ਸੀ ਸਿੱਖ ਰਹਿਤ ਮਰਿਆਦਾ ਦਾ ਖਰੜਾ 1933 ਵਿੱਚ ਤਿਆਰ ਹੋਇਆ ਤਕਰੀਬਨ 12 ਸਾਲ ਇਹਨੂੰ ਲਾਗੂ ਕਰਨੇ ਲੱਗੇ 1945 ਦੇ ਵਿੱਚ ਜਾ ਕੇ ਸਿੱਖ ਰਹਿਤ ਮਰਿਆਦਾ ਲਾਗੂ ਹੋਈ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵਧੀਆ ਉਪਰਾਲਾ ਹੈ ਕਿ ਜੋ ਉਹਨਾਂ ਨੇ ਸਿੱਖ ਰਹਿਤ ਮਰਿਆਦਾ ਛੁਪਵਾ ਕੇ ਗੁਰਦੁਆਰਾ ਸਾਹਿਬ ਵਿਖੇ ਰੱਖਣ ਦਾ ਉਪਰਾਲਾ ਕੀਤਾ ਮੈਂ ਧੰਨਵਾਦੀ ਹਾਂ ਉਹਨਾਂ ਦਾ ਸਾਰੀ ਕੌਮ ਨੂੰ ਬੇਨਤੀ ਹੈ ਕਿ ਜਿੰਨਾ ਚਿਰ ਅਸੀਂ ਇੱਕ ਨਿਸ਼ਾਨ ਥੱਲੇ ਇਕੱਤਰ ਨਹੀਂ ਹੁੰਦੇ ਉਹਨਾਂ ਚਿਰ ਕੌਮ ਵਿਖੜੇ ਰਸਤੇ 'ਤੇ ਤੁਰਦੀ ਰਹੂਗੀ ਬਹੁਤ ਜ਼ਿਆਦਾ ਨੁਕਸਾਨ ਸਾਡੀ ਕੌਮ ਦਾ ਹੋ ਚੁੱਕਾ ਹੈ ਆਪ ਸਭ ਨੂੰ ਪਤਾ ਹੈ ਮੇਰੇ ਕੋਲ ਸਮਾਂ ਬਹੁਤ ਥੋੜ੍ਹਾ ਹੈ ਇਹ ਕਵਿਤਾ ਕਹਿ ਕੇ ਜਿਸ ਵੇਲੇ ਭਾਈ ਜੈਤਾ ਨਾਵੇਂ ਪਾਤਸ਼ਾਹ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਪਹੁੰਚੇ ਗੁਰੂ ਕਲਗੀ ਧਰ ਪਾਤਸ਼ਾਹ ਨੇ ਕਿਹਾ ਵੀ ਭਾਈ ਜੈਤਾ ਜੀ ਉੱਥੇ ਕੁਝ ਸਿੱਖ ਹੋਰ ਵੀ ਹੈ ਦਿੱਲੀ ਦੇ ਵਿੱਚ ਭਾਈ ਜੈਤਾ ਨੇ ਕਿਹਾ ਸਤਿਗੁਰੂ ਪਾਤਸ਼ਾਹ ਹੋ ਸਕਦਾ ਹੋਣਗੇ ਪਰ ਮੈਂ ਪਛਾਣ ਨਹੀਂ ਸਕਿਆ ਕਿਉਂਕਿ ਉਦੋਂ ਖਾਲਸੇ ਦੀ ਕੋਈ ਵੱਖਰੀ ਪਛਾਣ ਨਹੀਂ ਸੀ ਉਸ ਵੇਲੇ ਗੁਰੂ ਕਲਗੀ ਧਰ ਪਾਤਸ਼ਾਹ ਨੇ ਕਿਹਾ ਮੈਂ ਖਾਲਸਾ ਇਹੋ ਜਿਹਾ ਸਜਾਵਾਂਗਾ ਜੋ ਲੱਖਾਂ ਅਤੇ ਕਰੋੜਾਂ ਦੇ ਵਿੱਚੋਂ ਇਕੱਲਾ ਮੇਰਾ ਸਿੱਖ ਜਾਂਦਾ ਪਛਾਣਿਆ ਜਾ ਸਕੇਗਾ 1699 ਦੀ ਵਿਸਾਖੀ 30 ਮਾਰਚ ਨੂੰ ਗੁਰੂ ਕਲਗੀ ਧਰ ਪਾਤਸ਼ਾਹ ਨੇ ਕੇਸਗੜ੍ਹ ਦੀ ਧਰਤੀ ਉੱਤੇ ਖਾਲਸਾ ਪੰਥ ਦੀ ਸਾਜਨਾ ਕੀਤੀ
ਖਾਲਸਾ ਪੰਥ ਸਾਜਣਾ ਦੇ ਤੁਸੀਂ ਨੇੜੇ ਆ ਰਿਹਾ। ਉਸ ਖਾਲਸੇ ਨੂੰ ਸਾਜ ਕੇ ਅੱਜ ਤੱਕ ਜੋ ਖਾਲਸੇ ਨੇ ਕੀਤਾ, ਜੋ ਮਾਰ ਕੇ ਮਾਰੇ ਹੈ, ਉਸ ਤੋਂ ਕੌਮ ਭਲੀ ਭਾਂਤ ਜਾਣਦੀ ਹੈ। ਜੋ ਵੀ ਸਕਦੀ ਕਵਿਤਾ ਆਪ ਨੂੰ ਸਾਂਝੀ ਕਰਕੇ ਖਿਮਾ ਲੈ ਲੈਣੀ ਕਿ ਜੋ ਖਾਲਸੇ ਨੇ ਅੱਜ ਤੱਕ ਕੀਤਾ ਹੈ ਉਹ ਨਾ ਕੋਈ ਕਰ ਸਕਿਆ ਤੇ ਨਾ ਕਰੇਗਾ। ਇਉਂ ਬੇਨਤੀ ਸੂਰਾ ਸੋ ਪਹਿਚਾਨੀਏ ਜੋ ਲਰੇ ਦੀਨ ਕੇ ਹੇਤ ਪੁਰਜਾ ਪੁਰਜਾ ਕੱਟ ਮਰੇ ਕਹੂ ਨਾ ਛਾਡੇ ਖੇਤ ਬੰਦ ਬੰਦ ਕਟਵਾ ਕੇ ਹੱਸਿਆ ਏ ਕਦੇ ਨਸਿਆ ਨਹੀਂ ਹੁੰਦੇ ਜੰਗ ਵਿੱਚੋਂ ਸਵਾ ਲੱਖ ਦੇ ਸਾਹਮਣੇ ਡੱਟ ਜਾਂਦਾ ਕਿਸਮਤ ਲੱਭਦਾ ਮੁੜਕੇ ਦੇ ਰੰਗ ਵਿੱਚੋਂ ਸੜਕੇ ਤੇ ਆਰੇ ਨਾਲ ਚਿਰਕੇ ਭਾਂਬੜ ਜ਼ੁਲਮ ਦੇ ਹੋਈ ਠਾਰ ਸਕਿਆ ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ ਅਜੇ ਤੀਕ ਨਹੀਂ ਹੋਰ ਕੋਈ ਮਾਰ ਸਕਿਆ ਬੰਦ ਬੰਦ ਕਟਵਾ ਕੇ ਹੱਸਿਆ ਏ ਕਦੇ ਨਸਿਆ ਨਹੀਂ ਹੁੰਦੇ ਜੰਗ ਵਿੱਚੋਂ ਸਵਾ ਲੱਖ ਦੇ ਸਾਹਮਣੇ ਡੱਟ ਜਾਂਦਾ ਕਿਸਮਤ ਲੱਭਦਾ ਮੁੜਕੇ ਦੇ ਰੰਗ ਵਿੱਚੋਂ ਉਹ ਜਿੰਦਾ ਸੜਕੇ ਤੇ ਆਰੇ ਦੇ ਨਾਲ ਚਿਰਕੇ ਭਾਂਬੜ ਜ਼ੁਲਮ ਦੇ ਇਹੋ ਹੀ ਠਾਰ ਸਕਿਆ ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ ਅਜੇ ਤੀਕ ਨਹੀਂ ਹੋਰ ਕੋਈ ਮਾਰ ਸਕਿਆ ਉਹ ਇੰਜਣ ਰੇਲ ਦਾ ਏਲਾ ਸਰੀਰ ਡੱਕੇ ਯਾਰੇ ਹੇਠ ਵੀ ਪੌੜੀਆਂ ਪੜੀ ਜਾਂਦਾ ਕਰਕੇ ਮਦਦ ਤਾਣੇ ਗਰੀਬਣਾ ਦੀ ਮੂਹਰੇ ਜਾਲਵਾ ਖਾਲਸਾ ਅੜੀ ਜਾਂਦਾ ਕਾਲਾ ਕਾਲੀਆਂ ਦੇਣੀਆਂ ਖਾਲਸੇ ਨੇ ਲੱਥੇ ਸੀਸ ਦੀ ਸਿੰਘ ਨਹੀਂ ਹਾਰ ਸਕਿਆ ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ ਅਜੇ ਤੀਕ ਨਹੀਂ ਹੋਰ ਕੋਈ ਮਾਰ ਸਕਿਆ ਉਹ ਵੈਰੀ ਭੱਜ ਜਾਂਦੇ ਦਾ ਵੇਖ ਕੰਡਾ ਨਾ ਫੁੱਲੇ ਪਟਕਿਆਂ ਨੂੰ ਰਸਤਾ ਦੱਸਦਾ ਗਏ ਕਦੇ ਅਸਲ ਨਿਸ਼ਾਨੇ ਉਹ ਯੁੱਕਿਆ ਨਹੀਂ ਬੁਰੇ ਕੋਲ ਨਾ ਕਦੇ ਵਸਦਾ ਏ ਉਹ ਭਾਰਤ ਵਸਦਾ ਧਰਮ ਬਚਾਉਣ ਖਾਤਰ ਕੋਈ ਪਿਓ ਦਾ ਮੁੱਲ ਨਹੀਂ ਤਾਰ ਸਕਿਆ ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ ਅਜੇ ਠੀਕ ਨਹੀਂ ਹੋਰ ਕੋਈ ਮਾਰ ਸਕਿਆ ਉਹ ਹੋਣੀ ਪਦਮਣੀ ਸਮਝ ਕੇ ਵਾਰ ਲੈਂਦਾ ਅੱਖ ਖਾਨਾਂ ਦੇ ਸਿਰਾਂ ਨੂੰ ਭੰਨ ਦਾਂਗੇ ਮੁੜ ਕੇ ਆਉਣ ਤੋਂ ਬੋਲਾ ਉਹ ਕਰਨ ਵੈਰੀ ਐਸਾ ਦੁਸ਼ਮਣ ਦਾ ਮੱਕੂ ਬੰਨ ਲਾਏ ਜਿਹੜਾ ਇਸ ਨੇ ਤਾਰਿਆ ਮੁੱਲ ਪੂਰਾ ਇਹਦਾ ਕੋਈ ਨੀ ਹੋਰ ਕੋਈ ਤਾਰ ਸਕਿਆ ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ ਅਜੇ ਤੀਕ ਨੀ ਹੋਰ ਕੋਈ ਮਾਰ ਸਕਿਆ ਉਹ ਜਿਹੜਾ ਖੋਪਰ ਲਾਹੌਰ ਤੋਂ ਸੰਗਦਾ ਨਹੀਂ ਮਹਿੰਗੀ ਜਿੰਦ ਮਜ਼ਲੂਮਾਂ ਲਈ ਵਾਰ ਦਿੰਦਾ ਪੁੱਤਰ ਨੇਤਿਆਂ ਉੱਤੇ ਟੰਗਵਾ ਕੇ ਤੇ ਪੱਥਰ ਜਲਾ ਦੇ ਤੋੜ ਹੰਕਾਰ ਦਿੰਦਾ ਸੱਚ ਝੂਠ ਨੂੰ ਜਿਵੇਂ ਨਤਾਰਿਆ ਇਸ ਤਾਂ ਹੋਰ ਨੀ ਕੋਈ ਨਤਾਰ ਸਕਿਆ ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ ਅਜੇ ਤੀਕ ਨੀ ਹੋਰ ਕੋਈ ਮਾਰ ਸਕਿਆ ਉਹ ਸੀਸ ਉੱਤੇ ਕਮੋਚੀ ਦੀ ਪੰਡ ਧਰ ਕੇ ਖੇਡਣਾ ਖਾਲਸੇ ਕੋਈ ਨਹੀਂ ਤੁਰ ਸਕਿਆ ਰਣ ਚਵੈਰੀ ਨੂੰ ਪਾਣੀ ਪਲਾਈ ਜਾਣਾ ਕਿਸੇ ਕੌਮ ਨੂੰ ਫੁਰਨਾ ਨਹੀਂ ਖੁਰ ਸਕਿਆ ਜਿਵੇਂ ਕਸ਼ਨ ਵਾਲੇ ਨੇ ਖਾਲਸੇ ਨੇ ਇਹਦਾ ਹੋਰ ਨੀ ਕੋਈ ਨਵਾਰ ਸਕਿਆ ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ ਅਜੇ ਤੀਕ ਨੀ ਹੋਰ ਕੋਈ ਮਾਰ ਸਕਿਆ ਉਹ ਜਿਸ ਵੇਲੇ ਅਰਦਾਸਾਂ ਇਹ ਸੋਧ ਲੈਂਦਾ ਹੈ ਉਦੋਂ ਰਾਜਿਆਂ ਆਖੇ ਵੀ ਰੁਕਦਾ ਨਹੀਂ ਆਕੜ ਖਾਨਾਂ ਦੀ ਧੌਣ ਨਿਵਾ ਦਿੰਦਾ ਕਦੇ ਸਾਹਮਣੇ ਵੈਰੀ ਦੇ ਝੁਕਦਾ ਨਹੀਂ ਕੋਈ ਆਪਣੇ ਪਿਤਾ ਦਾ ਖੂਨ ਪਾ ਕੇ
ਜੁਲਮ ਮਟਾਈ ਜਾਂਦਾ। ਜਿਸ ਜਨ ਦੇ ਜੋਗਿਆ ਵੈਰੀਆਂ ਨੂੰ ਇਹਦੇ ਵਾਲ ਦੀ ਕੋਈ ਵੰਗਾਰ ਸਕਿਆ, ਜਿਹੜੇ ਮਾਰ ਕੇ ਮਾਰੇ ਨੇ ਖਾਲਸੇ ਨੇ ਅਜੇ ਤੀਕ ਨਹੀਂ ਹੋਰ ਕੋਈ ਮਾਰ ਸਕਿਆ, ਅਜੇ ਤੀਕ ਨਹੀਂ ਹੋਰ ਕੋਈ ਮਾਰ ਸਕਿਆ। ਸੋ ਇਹਨਾਂ ਕੁਛ ਕਹੀਂ ਦੇਖੇ ਮੰਦੇ ਜਾ ਚੁੱਕਾ ਬਰਕਲੇ ਟੈਕਸੀ ਵਾਲੇ ਸੱਜਣਾ ਨੇ ਅੱਜ ਦੇ ਗੁਰੂ ਦੇ ਲੰਗਰਾਂ ਦੀ ਸੇਵਾ ਕਰ ਰਹੇ। ਸਤਿਗੁਰੂ ਪਾਤਸ਼ਾਹ ਇਸੇ ਤਰ੍ਹਾਂ ਨਾਲ ਗੁਰਮੁਖਾਂ ਨੂੰ ਗੁਰੂ ਘਰ ਦੀ ਸੇਵਾ ਕਰਨ ਦਾ ਬਾਲ ਉਦਮ ਅਤੇ ਉਤਸ਼ਾਹ ਬਖਸ਼ਦੇ ਰਹਿਣ। ਧੰਨਵਾਦ ਹੈ ਪ੍ਰਬੰਧਕ ਜਨਾਂ ਦਾ, ਖਾਸ ਕਰਕੇ ਗਿਆਨੀ ਮੱਖਣ ਸਿੰਘ ਜੀ ਦਾ, ਜਿਨ੍ਹਾਂ ਨੇ ਹੁਕਮ ਕਰਕੇ ਸੰਗਤਾਂ ਦੇ ਦਰਸ਼ਨ ਕਰਾਏ, ਬੇਅਮ ਸੰਗਤਾਂ ਨੇ ਇਤਿਹਾਸ ਪਿੱਠ ਮਾਇਆ, ਹਾਜ਼ਰ ਕਰਾਈ। ਸਤਿਗੁਰੂ ਪਾਤਸ਼ਾਹ ਸਭ ਦੀ ਹਾਜ਼ਰੀ ਦਾ ਪ੍ਰਵਾਨ ਕਰਨ, ਚੜ੍ਹਦੀ ਕਲਾਕਾਰ ਨੂੰ ਹੋਈਆਂ ਭੁੱਲਾਂ ਦੀ ਕਮਾ ਬਖਸ਼ਿਸ਼ ਕਰੋ। ਸਰਬੱਤ ਸੰਗਤ ਆਉਣ ਵਾਲਾ ਪ੍ਰੋਗਰਾਮ ਸਕੱਤਰ ਸਾਹਿਬ ਕੋਲ ਸਰਵਣ ਕਰੋ ਜੀ। ਸਰਬੱਤ ਸੰਗਤ ਦਿਓ ਪਿਆਰ ਦਾ ਸਬੂਤ, ਗਾਜੀ ਕਹਿ ਆਖੋ ਜੀ ਵਾਹਿਗੁਰੂ ਜੀ ਕਾ।